ਸੁੱਚਾ ਸੂਰਮਾ ਫਿਲਮ ਸਾਰੇ ਕਿਰਦਾਰ ਤੋਂ ਤਾਂ ਵਾਕਫ ਨੇ, ਪਰ ਇਸ ਫਿਲਮ ਨੂੰ ਬਣਦਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ। ਲਗਭਗ 5 ਸਾਲ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਹੁੰਦਾ ਅਤੇ ਰਿਲੀਜ਼ਿੰਗ ਡੇਟ ਜਾਂ ਇਹ ਸਾਲ ਪਹਿਲਾਂ ਹੀ ਸੋਚਿਆ ਹੋਇਆ ਸੀ, ਇੰਨਾ ਸਮਾਂ ਲੱਗਣਾ ਸੀ ਜਾਂ ਕੋਈ ਹੋਰ ਵਜ੍ਹਾ? ਦੇਖੋ, ਬੱਚੇ ਨੂੰ ਵੀ ਜਵਾਨ ਹੋਣ ਲਈ ਬਹੁਤ ਟਾਈਮ ਲੱਗ ਜਾਂਦਾ ਹੈ। ਇੱਥੇ ਫਿਲਮ ਦਾ ਕੋਈ ਜ਼ਰੂਰੀ ਨਹੀਂ, ਇਹਦਾ ਟਾਈਮ ਨਹੀਂ ਹੁੰਦਾ ਕੋਈ ਨਿਰਧਾਰਿਤ। ਕਈ ਵਾਰੀ ਕੋਈ ਚੀਜ਼ਾਂ ਹੁੰਦੀਆਂ ਟੈਕਨੀਕਲੀ ਫਸ ਜਾਂਦੇ ਹਾਂ, ਕਈ ਵਾਰੀ ਕੋਈ ਵਿਚਾਰਕ ਤੌਰ 'ਤੇ ਆਪਾਂ ਰੁਕ ਜਾਂਦੇ ਹਾਂ। ਸੋ ਆਪਾਂ ਅੱਜ ਦੀ ਇਹ ਗੱਲ ਕਰੀਏ ਕਿ ਫਿਲਮ ਰਿਲੀਜ਼ ਹੋ ਰਹੀ ਹੈ, ਆਪਾਂ ਅਤੀਤ ਦੀ ਗੱਲ ਨਾ ਕਰੀਏ। ਤਾਂ ਇੱਕ ਅਗਲਾ ਸਵਾਲ ਨਾਲ ਲਗਵਾਂ ਇਹ ਵੀ ਹੈ ਕਿ ਇੱਕ ਕਿਰਦਾਰ ਜਿਹੜਾ ਹੈਗਾ ਇਹ ਬਹੁਤ ਵੱਡਾ ਪਾਤਰ ਹੈ, ਤੁਹਾਡੇ ਲਈ ਖੁਦ ਨਿੱਜੀ ਤੌਰ ਤੇ ਚੈਲੰਜ ਸੀ ਕਿ ਐਡੇ ਵੱਡੇ ਕਿਰਦਾਰ ਨਾਲ ਮੈਂ ਇਨਸਾਫ ਕਰ ਪਾਊਂਗਾ? ਸਵਾਦ ਲੈ ਰਿਹਾ ਪੂਰਾ। ਸੱਚੀ ਗੱਲ ਦੱਸਾਂ, ਸੱਚੀ ਦੱਸਾਂ, ਉਹ ਨੌਜਵਾਨ ਨੇ ਪਹਿਲਾਂ ਹੀ ਗੱਲ ਕੀਤੀ ਸੀ ਬੜੀ ਛੋਟੀ ਜੀ, ਕਿ ਇੱਕ ਤਾਂ ਪਹਿਲਾਂ ਉਹਨਾਂ ਨੇ ਕਿਹਾ ਲਹਿੰਦੇ ਪੰਜਾਬ ਦੀ, ਪਹਿਲਾਂ ਪੰਜਾਬ ਸਾਂਝਾ ਹੁੰਦਾ ਸੀ ਤਾਂ ਚੜ੍ਹਦਾ ਲਹਿੰਦਾ ਨਹੀਂ ਸੀ ਹੁੰਦਾ। ਦੂਜੀ ਗੱਲ ਇਹ ਹੈ ਵੀ ਫਿਲਮ 'ਚ ਕੋਈ ਵੀ ਕਿਰਦਾਰ ਵੱਡਾ ਛੋਟਾ ਨਹੀਂ ਹੁੰਦਾ, ਇਹ ਸਾਰੀ ਟੀਮ ਮੈਂ ਕਹਿ ਕੇ ਬੁਲਾਈ ਹੈ। ਕਿਉਂਕਿ ਆਮ ਤੌਰ 'ਤੇ ਜਦੋਂ ਕਾਨਫਰੰਸ ਹੁੰਦੀ ਹੈ ਤਾਂ ਹੀਰੋ ਆਪਣੀਆਂ ਗੱਪਾਂ ਮਾਰ ਕੇ ਚਲੇ ਜਾਂਦਾ ਹੈ ਕਿ ਜਿਵੇਂ ਸਾਰੀ ਫਿਲਮ ਉਹਨੇ ਮੋਢਿਆਂ 'ਤੇ ਚੱਕੀ, ਇੱਦਾਂ ਦਾ ਨਹੀਂ ਹੁੰਦਾ। ਹਰ ਕਿਰਦਾਰ ਜ਼ਰੂਰੀ ਹੈ ਔਰ ਫਿਲਮ 'ਚ ਤਿੰਨ ਪੱਖ ਹੁੰਦੇ ਆ। ਪਹਿਲਾ ਪੱਖ ਹੁੰਦਾ ਹੈ ਕਹਾਣੀ, ਡਾਇਰੈਕਟਰ, ਉਹਨਾਂ ਦਾ ਡਿਪਾਰਟਮੈਂਟ। ਦੂਜਾ ਪੱਖ ਹੁੰਦਾ ਸੰਗੀਤ, ਅਤੇ ਉਹਦੇ 'ਚ ਜਿਹੜੇ ਗੀਤ ਹੈ ਜਾਂ ਜਿਹੜੇ ਉਹਨਾਂ ਦੇ ਅਲਫਾਜ਼ ਹੈ। ਤੀਜਾ ਪ੍ਰੋਡਕਸ਼ਨ ਹਾਊਸ, ਇਹ ਤਿੰਨ ਮਿਲ ਕੇ ਫਿਲਮ ਬਣਾਉਂਦੇ ਆ। ਹੀਰੋ ਫਰੰਟ ਫੇਸ ਹੁੰਦਾ, ਜੇ ਕਿ ਜੇ ਹੀਰੋ ਨਾਲੇ ਫਿਲਮਾਂ ਹਿੱਟ ਹੁੰਦੀਆਂ ਫਿਰ ਕੋਈ ਵੀ ਫਿਲਮ ਫੇਲ ਨਾ ਹੋਵੇ, ਕਹਾਣੀ ਹੀਰੋ ਹੁੰਦੀ ਹੈ। ਇਸੇ ਕਰਕੇ ਸਾਰੇ ਪਾਤਰ ਅੱਜ ਬੁਲਾਏ, ਇਹ ਸਾਰੇ ਵੱਡੇ ਪਾਤਰ ਹੈ। ਇੱਕ ਜ਼ੋਰਦਾਰ ਤਾੜੀ ਇਹਨਾਂ ਦੀ ਮਾਰ ਦਿਓ। ਥੈਂਕ ਯੂ।